इस वेले दी वड्डी खबर बटाला तो आ रही है जिथे एक पटाके बनाउण वाली फैक्टरी च धमाका होया। धमाका इन्ना जबरदस्त सी कि फैक्टरी दा एक हिस्सा भी ढह ढेरी हो गया। इस धमाके दे नाल फैक्टरी दे नाल लगदियां कई इमारतां नूं भी नुकसान पहुंचा है। फैक्टरी च काम करदे कई व्यक्तियों के मलबे हेठ दबे होण दा खदशा भी जताया जा रहा है। फिलहाल धमाका होने के कारणों का पता नहीं लग सकिया। जख्मियों को हस्पताल भर्ती करवाया गया। हाले तक जख्मियों के मलबे के हेठ दबे हुए लोगों की गिनती भी नहीं हो सकी। मौके का जायजा लैन लई साडे सहयोगी ने गुरदासपुर तो साडे पत्रकार गुरप्रीत सिंह चावला दे नाल गलबात कीती। ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਦੇ ਨਾਲ ਇੱਕ ਪਟਾਕਾ ਫੈਕਟਰੀ ਦੇ ਵਿੱਚ ਬਲਾਸਟ ਹੋਇਆ ਹੈ, ਕਿਸ ਤਰ੍ਹਾਂ ਦੀ ਟ੍ਰੈਜਡੀ ਹੈ? ਦੇਖੋ, ਪਿਛਲੇ ਜਿਹੜਾ ਹਾਦਸਾ ਹੋਇਆ ਕਿ ਪਟਾਕਾ ਫੈਕਟਰੀ ਦੇ ਵਿੱਚ ਹੋਇਆ, ਜਿਹਦੇ ਵਿੱਚ ਹਜੇ ਤੱਕ ਕੋਈ ਗਿਣਤੀ ਨਹੀਂ ਦੱਸੀ ਜਾ ਰਹੀ। ਮਤਲਬ ਮਲਬੇ ਹੇਠ ਕਾਫੀ ਲੋਕ ਮਰੇ ਦੱਬੇ ਹੋਏ ਜਿਹੜੇ ਦੱਸੇ ਜਾ ਰਹੇ ਨੇ, ਔਰ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਪੂਰੀ ਤਰ੍ਹਾਂ ਜਿਹੜੀ ਹੈ ਉਹਨਾਂ ਨੂੰ ਔਰ ਫਾਇਰ ਬ੍ਰਿਗੇਡ ਜਿਹੜਾ ਡਿਪਾਰਟਮੈਂਟ ਆ ਉਹ ਪੂਰੀ ਤਰ੍ਹਾਂ ਲੱਗਾ ਹੋਇਆ, ਔਰ ਪੂਰੇ ਸ਼ਹਿਰ ਦੇ ਵਿੱਚ, ਜਦਕਿ ਇੱਥੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਜਿੱਥੇ ਸ਼ਹਿਰ ਆਪਣੇ ਵੱਲੋਂ ਉਤਸ਼ਾਹ ਤੇ ਸੀ, ਲੇਕਿਨ ਹੁਣ ਸਾਰਾ ਸ਼ਹਿਰ ਜਿਹੜਾ ਗਮਗੀਨ ਮਾਹੌਲ ਚ ਰੁਕ ਚੁੱਕਾ ਹੈ। ਕਾਫੀ ਲੋਕ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਚ ਪਹੁੰਚਾਏ ਗਏ ਨੇ, ਲੇਕਿਨ ਹਜੇ ਵੀ ਜਿਹੜੀ ਗਿਣਤੀ ਮਰਨ ਵਾਲਿਆਂ ਦੀ ਜਾਂ ਜ਼ਖਮੀਆਂ ਦੀ ਕੋਈ ਵੀ ਨਹੀਂ ਹਜੇ ਤੱਕ ਕਲੀਅਰ ਹੋ ਸਕੀ। ਜੀ ਚਲੋ ਸਰ, ਜੇਕਰ ਦੇਖਿਆ ਜਾਵੇ ਤਾਂ ਪੂਰੇ ਮਾਮਲੇ ਦੇ ਵਿੱਚ ਜਿਹੜੀ ਫੈਕਟਰੀ ਹੈ ਰਹਿਸ਼ੀ ਇਲਾਕੇ ਦੇ ਵਿੱਚ ਬਣੇ, ਕੀ ਇਹਨੂੰ ਕੋਈ NOC ਤੇ ਜਾਂ ਕੋਈ ਲਾਇਸੈਂਸ ਮਿਲਿਆ ਹੋਇਆ? ਦੇਖੋ, ਇਹ ਪਹਿਲੇ ਵੀ ਮੰਗ ਉੱਠਦੀ ਸੀ, ਪਹਿਲੇ ਵੀ ਇਸ ਫੈਕਟਰੀ ਚ ਬਲਾਸਟ ਹੋਇਆ, NOC ਹੈ ਜਾਂ ਨਹੀਂ ਹੈ, ਇਹ ਪ੍ਰਸ਼ਾਸਨ ਅਜੇ ਤੱਕ ਇਸ ਬਾਰੇ ਕੋਈ ਖੁੱਲ ਕੇ ਬੋਲ ਰਿਹਾ। ਲੇਕਿਨ ਫਿਲਹਾਲ ਜਿਹੜਾ ਹਰ ਇੱਕ ਇਨਸਾਨ ਦਾ ਜਿਹੜਾ ਇਸ ਗੱਲ ਤੇ ਜ਼ੋਰ ਲੱਗਾ ਹੋਇਆ ਕਿ ਜਿਹੜੇ ਲੋਕ ਦੱਬੇ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ, ਕਿਸੇ ਤਰੀਕੇ ਉਹਨਾਂ ਨੂੰ ਕੱਢਿਆ ਜਾਵੇ ਜਿਹੜੇ ਬਚ ਸਕਦੇ ਨੇ ਜਾਂ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਨੇ। ਕਿਉਂਕਿ ਇਹ ਬਲਾਸਟ ਇੰਨਾ ਜ਼ਬਰਦਸਤੀ ਕਿ ਪੂਰਾ ਜਿਹੜਾ ਬਟਾਲਾ ਸ਼ਹਿਰ ਆ ਉਹ ਬਹਿ ਲੁਕਿਆ ਸੀ, ਕਿਉਂਕਿ ਨਾਲ ਨਾਲ ਜਿਹੜੀ ਪੂਰੀ ਮਾਰਕੀਟ ਆ ਉਹਦੇ ਕੋਈ ਵੀ ਐਸੀ ਦੁਕਾਨ ਨਹੀਂ ਜਿੱਥੇ ਸ਼ੀਸ਼ੇ ਨਾ ਟੁੱਟੇ ਹੋਣ, ਲਾਗੇ ਬਿਲਡਿੰਗਾਂ ਜਿਹੜੀਆਂ ਉਹ ਵੀ ਕਾਫੀ ਨੁਕਸਾਨ ਪਹੁੰਚਿਆ ਉਹਨਾਂ ਨੂੰ। ਜੀ ਜੀ ਬਹੁਤ ਬਹੁਤ ਧੰਨਵਾਦ ਚਾਵਲਾ ਸਾਹਿਬ, ਪੂਰੇ ਮਾਮਲੇ ਤੇ ਅਪਡੇਟ ਤੁਹਾਡੇ ਤੋਂ ਫੇਰ ਲੈਂਦੇ ਰਹਾਂਗੇ, ਫਿਲਹਾਲ ਲਈ ਸ਼ੁਕਰੀਆ। ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਇੱਕ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਦਾ ਇੱਕ ਹਿੱਸਾ ਵੀ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ। ਇਸ ਧਮਾਕੇ ਦੌਰਾਨ ਕਈ ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।